हां जी तो वेलकम बैक इक बारं फिर टीच वीजा पंजाबी चैनल ते उम्मीद करदां के ਤੁਸੀਂ ਠੀਕ ਹੋਵੋਗੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਯੂਐਸਏ ਦੀ ਡੌਂਕੀ ਦੇ ਰਿਲੇਟਿਡ ਜਿਹੜੇ ਜਿਹੜੇ ਵੀਰ ਵੀ ਸਾਡੇ ਇਸ ਟਾਈਮ ਬ੍ਰਾਜ਼ੀਲ ਦੇ ਵਿੱਚ ਨੇ ਪਨਾਮਾ ਦੇ ਵਿੱਚ ਨੇ ਇਕਵਾਡੋਰ ਦੇ ਵਿੱਚ ਨੇ ਕੋਲੰਬੀਆ ਦੇ ਵਿੱਚ ਨੇ ਜਾਂ ਫਿਰ ਕਿਸੇ ਵੀ ਸੈਂਟਰ ਅਮਰੀਕਾ ਸਾਊਥ ਅਮਰੀਕਾ ਦੇ ਵਿੱਚ ਇਸ ਟਾਈਮ ਨੇ ਉਹਨਾਂ ਵਾਸਤੇ ਅਪਡੇਟ ਹੋਏਗੀ ਉਹਨਾਂ ਵੀਰਾਂ ਵਾਸਤੇ ਜਿਹੜੇ ਵੀਰ ਇਸ ਟਾਈਮ ਪਾਕਿਸਤਾਨ ਇੰਡੀਆ ਦੇ ਵਿੱਚ ਜੋ ਅਸੀਂ ਇਹ ਡੰਕੀ ਲਾ ਆਂਦਾ ਸੋਚਣ ਦੇ ਨੇ ਉਹਨਾਂ ਵਾਸਤੇ ਵੀਡੀਓ ਹੋਵੇਗੀ 2022 2021 ਦੀ ਜਿਹੜੀ ਲੇਟੈਸਟ ਅਪਡੇਟ ਹੈ ਉਹਦੇ ਤੇ ਤੇ ਜੇ ਕੋਈ ਵੀਰ ਪਹਿਲੀ ਵਾਰੀ ਇਸ ਚੈਨਲ ਤੇ ਆਇਆ ਉਹਦੇ ਅੱਗੇ ਕੋਈ ਹੀ ਰਿਕੁਐਸਟ ਇੱਕ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਜਿਹੜੀ ਵੀ ਵੀਡੀਓ ਅਸੀਂ ਇਸ ਚੈਨਲ ਤੇ ਅਪਲੋਡ ਕਰੀਏ ਉਹ ਤੁਸੀਂ ਮਿਸ ਨਾ ਕਰ ਸਕੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਸਨ ਟੀਚ ਵੀਜ਼ਾ ਉਰਦੂ ਵਾਲਾ ਜਿਹੜਾ ਹਸਨ ਵੀਜ਼ਾ ਇਨਫੋ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲੱਭ ਜਾਵੇਗਾ ਹਾਂਜੀ ਤੇ ਮਿੱਤਰੋ ਪਹਿਲੇ ਨੰਬਰ ਤੇ ਤੇ ਅਸੀਂ ਗੱਲ ਕਰਨੀਆਂ ਉਹਨਾਂ ਵੀਰਾਂ ਵਾਸਤੇ ਜਿਹੜੇ ਵੀਰ ਇਸ ਟਾਈਮ ਪਾਕਿਸਤਾਨ ਇੰਡੀਆ ਦੇ ਵਿੱਚ ਬੈਠੇ ਨੇ ਅੱਗੂ ਉਹਨਾਂ ਜੰਡਾ ਨੂੰ ਪੈਸੇ ਜਮ੍ਹਾਂ ਕਰਾਹਾ ਰਹੇ ਨੇ ਡੌਂਕੀ ਵਾਸਤੇ ਆ ਮੋਸਟਲੀ ਜਿਹੜੇ ਵੀਰ ਨੇ ਉਹ ਵਾਇਆ ਦੁਬਈ ਹੋ ਕੇ ਤੇ ਬ੍ਰਾਜ਼ੀਲ ਪਹੁੰਚਦੇ ਨੇ ਤਕਰੀਬਨ 95% ਜਿਹੜੇ ਮੁੰਡੇ ਨੇ ਇੰਡੀਆ ਤੋਂ ਪਾਕਿਸਤਾਨ ਤੋਂ ਜਿਹੜੇ ਹੁੰਦੇ ਨੇ ਉਹ UAE ਹੋ ਕੇ ਦੁਬਈ ਪਹੁੰਚਦੇ ਨੇ ਸੋਰੀ ਦੁਬਈ ਤੋਂ ਹੋ ਕੇ ਹੀ ਬ੍ਰਾਜ਼ੀਲ ਪਹੁੰਚਦੇ ਨੇ ਤੇ ਬ੍ਰਾਜ਼ੀਲ ਪਹੁੰਚਣ ਤੋਂ ਬਾਅਦ ਅੱਗੇ ਸੇਮ ਹੀ ਪ੍ਰੋਸੀਜ ਹੁੰਦਾ ਹੈ ਚਾਹੇ ਕੋ ਵੀਜ਼ਿਟ ਵੀਜ਼ਾ ਲੈ ਕੇ ਆਏ ਚਾਹੇ ਕਿਸੇ ਵੀ ਕੈਟਾਗਰੀ ਦਾ ਵੀਜ਼ਾ ਲੈ ਕੇ ਆਏ ਜਦੋਂ ਤੁਸੀਂ ਬ੍ਰਾਜ਼ੀਲ ਦੇ ਵਿੱਚ ਐਂਟਰ ਹੋ ਜਾਂਦੇ ਹੋ ਉਸ ਤੋਂ ਬਾਅਦ ਜਿਹੜਾ ਪ੍ਰੋਸੀਜ ਉਹ অলਮੋਸਟ ਸੇਮ ਹੀ ਪ੍ਰੋਸੀਜ ਹੁੰਦਾ ਹੈ ਬ੍ਰਾਜ਼ੀਲ ਤੋਂ ਤੁਹਾਨੂੰ ਇਕਵਾਡੋਰ ਲੈ ਕੇ ਜਾਇਆ ਜਾਂਦਾ ਹੈ ਇਕਵਾਡੋਰ ਤੋਂ ਤੁਹਾਨੂੰ ਲੈ ਕੇ ਜਾਇਆ ਜਾਂਦਾ ਹੈ ਕੋਲੰਬੀਆ ਕੋਲੰਬੀਆ ਤੋਂ ਫਿਰ ਤੁਹਾਨੂੰ ਜਿਹੜਾ ਨਾ ਪਨਾਮਾ ਕੋਸਟਾ ਰੀਕਾ ਨਕਾਰਾ ਗੁਆ ਹੰਡਾਰਸ ਬਲੀਜ਼ ਇਕਵਾਡੋਰ ਤੇ ਉਸ ਤੋਂ ਬਾਅਦ ਗੁਆਟੇਮਾਲਾ ਗੁਆਟੇਮਾਲਾ ਤੋਂ ਬਾਅਦ ਮੈਕਸੀਕੋ ਤੇ ਮੈਕਸੀਕੋ ਬਾਅਦ ਤੁਹਾਨੂੰ ਜਿਹੜਾ ਨਾ ਯੂ ਐਸ ਐਂਟਰੀ ਕਰਵਾਈ ਜਾਂਦੀ ਏ ਸੇਮ ਪ੍ਰੋਸੀਜਰ ਇਸ ਪ੍ਰੋਸੀਜਰ ਦੇ ਵਿੱਚ ਜਿਹੜੇ ਜ਼ਿਆਦਾ ਪੈਸੇ ਦਿੰਦੇ ਨੇ ਬਹੁਤੇ ਜਿਹੜੇ ਡਾਲਰ ਦਿੰਦੇ ਨੇ ਉਹਨਾਂ ਨੂੰ ਇਹ ਫੈਸਿਲਿਟੀਆਂ ਲੱਭਦੀ ਏ ਕਿ ਉਹਨਾਂ ਨੂੰ ਜਿਹੜਾ ਨਾ ਉਹ ਆ ਬਾਈ ਟੈਕਸੀ ਉਹਨਾਂ ਨੂੰ ਸਫ਼ਰ ਕਰਵਾਇਆ ਜਾਂਦਿਆ ਪਰ ਇੰਨਾ ਹੁੰਦਾ ਕੋ ਨਹੀਂ ਹੈ ਆ ਬਟ ਇਹ ਹੁੰਦਾ ਹੈ ਕਿ ਥੋੜੀ ਜਿੰਨਾ ਨਾ ਉਹਨਾਂ ਨੂੰ ਐਡਵਾਂਟੇਜ ਅੱਲ੍ਹਾ ਪ ਜਾਂਦਾ ਵੇ ਤੇ 2021 ਦੇ ਵਿੱਚ ਲਾਸਟ ਦੇ ਵਿੱਚ ਦਸੰਬਰ ਦੇ ਵਿੱਚ ਆ ਕਾਫੀ ਜ਼ਿਆਦਾ ਇਹ ਵੀ ਹਬਰਾਈਆਂ ਸਨ ਕਿ ਫੋਕਰ ਧਿਆਰਾ ਜਿਹੜਾ ਛੋਟਾ ਧਿਆਰਾ ਹੁੰਦਾ ਉਹ ਤੁਹਾਨੂੰ ਲੈ ਕੇ ਜਾ ਜਾਂਦਾ ਹੈ ਪਨਾਮਾ ਤੋਂ ਬਲੀਜ਼ ਤੇ ਬਲੀਜ਼ ਤੋਂ ਅੱਗੂ ਜਿਹੜਾ ਉਹ ਤੁਹਾਨੂੰ ਬਲੀਜ਼ ਦਾ ਮੈਕਸੀਕੋ ਦਾ ਬਾਅਦ ਡਟ ਪਾਇਆ ਜਾਂਦਾ ਵੇ ਐਸ ਟਾਈਮ ਫੋਕਰ ਧਾਰੇ ਵਾਲੀ ਕਹਾਣੀ ਕੋਈ ਨਹੀਂ ਹੈ ਪਹਿਲਾਂ ਹੁੰਦੀ ਸੀ ਜਾਂ ਨਹੀਂ ਸੀ ਹੁੰਦੀ ਉਹ ਪਹਿਲਾਂ ਦੀ ਗੱਲ ਏ ਇਸ ਟਾਈਮ ਬਹੁਤ ਹੀ ਘੱਟ ਫੋਕਰ ਤਿਆਰੇ ਦੇ ਰਾਈ ਵਿੱਚ ਤੁਹਾਨੂੰ ਜਿਹੜਾ ਨਾ ਉਹ ਡੰਕੀ ਲਵਾਈ ਜਾਂਦੀ ਏ ਤੇ ਜਿੰਨੇ ਵੀ ਵੀਰ ਐਸ ਟਾਈਮ ਬ੍ਰਾਜ਼ੀਲ ਦੇ ਵਿੱਚ ਨੇ ਜਾਂ ਫਿਰ ਪਨਾਮਾ ਦੇ ਵਿੱਚ ਨੇ ਉਹ ਤੁਹਾਨੂੰ ਆਲਰੇਡੀ ਹੀ ਉਹ ਤੋਂ ਦੀ ਅਪਡੇਟ ਦਾ ਮੇਰੇ ਨਾਲ ਬਹੁਤਾ ਪਤਾ ਹੋਣਾਵੇਂ ਬਟ ਜਿੰਨੇ ਵੀ ਅੱਗੇ ਅਗਲੇ ਬਾਰਡਰ ਨੇ ਪਨਾਮਾ ਤੋਂ ਅੱਗੇ ਕੋਸਟਾ ਰੀਕਾ ਹੋ ਗਿਆ ਗੁਆਟੇਮਾਲਾ ਹੋ ਗਿਆ ਹੰਡਰਾਸ ਹੋ ਗਿਆ ਬਲੀਜ਼ ਹੋ ਗਿਆ ਇਕ ਸਿਲਵਾ ਡੋਰ ਹੋ ਗਿਆ ਇਜਨੀਆਂ ਵੀ ਕੰਟਰੀਆਂ ਨੇ ਇਹਨਾਂ ਦੇ ਬਾਡਰ ਤੁਸੀਂ ਕਹਿ ਸਕਦੇ ਹੋ ਕਿ ਸੇਮ ਹੀ ਨੇ ਕੋਵਿਡ ਦੇ ਵਿੱਚ ਜਿਹੜੀਆਂ ਸਖਤੀਆਂ ਲੱਗੀਆਂ ਗਈਆਂ ਨੇ ਉਹ ਟੋਟਲੀ ਮੁੱਕ ਗਈਆਂ ਨੇ ਜਿੰਜ ਪਹਿਲਾਂ ਸੇ ਇਮਪਰੋਸੀਜ ਹੁੰਦਾ ਸੀ ਏਜੰਟ ਤੁਹਾਨੂੰ ਬਾਡ ਕਰਾਹਣ ਦੇਣ ਸੌਖੇ ਤਰੀਕੇ ਦੇ ਨਾਲ ਹੁਣ ਵੀ ਉਹੀ ਪ੍ਰੋਸੀਜ ਕੋਈ ਵੀ ਉਹਦੇ ਵਿੱਚ ਚੇਂਜਿੰਗ ਨਹੀਂ ਕੀਤੀ ਗਈ ਹੈ ਆ ਤੁਹਾਡਾ ਹੋਰ ਕੋਈ ਵੀ ਸਵਾਲ ਇਧੇ ਰਿਲੇਟਡ ਤੇ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜਿਨ੍ਹਾਂ ਵੀਰਾਂ ਅਜੇ ਤੱਕ 3Viza ਪੰਜਾਬੀ ਚੈਨਲ ਨੂੰ ਤੇ Hassan Visa Info ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਤੇ ਰੱਬ ਰਾਖਾ